ਰਾਮ ਰਾਮ ਭਾਈ, ਸਾਰੇ ਭਾਈ ਸਵਾਗਤ ਆਪਣੇ ਇੱਕ ਹੋਰ ਨਵੇਂ ਵਲੋਗ ਮੈਂ। ਭਾਈ ਜ਼ੁਕਾਮ ਸਾਹ ਰਿਹਾ ਭਾਈ, ਅੱਜ ਤੋਂ ਭਾਈ ਉੱਠ ਗਿਆ, ਨਹਾ ਧੋ ਕੇ ਜੋਤ ਬੱਤੀ ਕਰ ਲਈ, ਕਰ ਰਿਹਾ ਆਪਾਂ ਖਾਣਾ ਖੁਣਾ ਖਾਣ ਦੀ ਤਿਆਰੀ, ਖਾਣਾ ਖੁਣਾ ਖਾ ਕੇ ਫਿਰ ਦਿਖਾਤੇ ਹਾਂ ਭਾਈ ਆਪਕੋ। ਅੱਜ ਆਪਾਂ ਨੇ ਜਾਣਾ ਭਾਈ ਸਾਦੀ ਮੈਂ, ਤੋ ਦਿਖਾਤੇ ਹਾਂ ਭਾਈ ਆਪਕੋ ਅੱਜ ਕੀ ਕਿਆ ਕੁਛ ਰਹਿਤਾ ਦਿਨ ਕਾ, ਮਿਲਤੇ ਆਪਕੋ। ਤੋ ਭਾਈ ਸਾਰੇ ਭਾਈ ਵਲੋਗ ਨੂੰ ਇੰਜੋਏ ਕਰੀਓ, ਔਰ ਸਾਰੇ ਭਾਈ ਕਮੈਂਟ ਕਰਕੇ ਬਤਾਇਆ ਕਰੋ ਕਿਆ ਸ਼ਿਵਨ ਗਈ ਵੀਡੀਓ, ਔਰ ਸਾਰੇ ਭਾਈ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਭਾਈ। ਤੋ ਚਲੋ ਦੇਖਦੇ ਹਾਂ, ਮਿਲਤੇ ਆਪਸ ਵਿਸ਼ੇ ਭਾਈ। ਲੋ ਭਾਈ ਆਪਾਂ ਨੇ ਉਠਾਇਆ ਆਪਣਾ ਸਾਈਕਲ, ਪਹਿਲਾਂ ਲੇ ਕੇ ਹੱਥ ਮੈਂ, ਉਹ ਬਹੁਤ ਪੁਰਾਣਾ ਹੈ, ਮੁਸਕਰਾਤੇ ਵਿਚਾਰੇ ਸਾਥ ਆਪਾਂ ਚੱਲ ਪੜੇ ਚਾਚਾ ਘਰ ਕੀ ਸਾਈਡ, ਵਹਾਂ ਬਚਾ ਦੇਖਿਆ ਭਾਈ, ਉਹ ਭਾਈ ਹੈ ਮਿਰਜ਼ਪੁਰ ਕਾ ਪੇਂਟਰ ਲਾਗ ਰਿਹਾ ਹੈ, ਔਰ ਇਸ ਭਾਈ ਕੀ ਬਾ ਕਲਾਕਾਰੀ ਦੇਖ ਲਓ, ਇੱਕ ਨੰਬਰ ਬੜਿਆ ਪੇਂਟ ਕਰਿਆ ਬਿਲਕੁਲ ਫਿਨਿਸ਼ਿੰਗ ਕੇ ਸਾਥ। ਇਹ ਦੇਖ ਲਓ ਭਾਈ ਡਿਜ਼ਾਇਨ, ਮੈਂ ਪਹਿਲੀ ਵਾਰ ਦੇਖਿਆ ਇਸ ਡਿਜ਼ਾਇਨ, ਚਾਹਤ ਕਰੀ ਦੂਸਰਾ ਕਮਰਾ ਮੈਂ ਭਾਈ ਲਾਗ ਰਿਹਾ ਭਾਈ, ਪਹਿਲਾਂ ਇਸ ਮੈਂ ਡਾਰਕ ਟਾਈਪ ਲਾਈਟ ਕਰਨ ਲੱਗ ਰਿਹਾ, ਫਿਰ ਘਰ ਆ ਕੇ ਨਾ ਕੱਪੜੇ ਕੱਪੜੇ ਚੇਂਜ ਕਰੇ ਸਾਥੀ ਮੈਂ ਜਾਣ ਖਾਤਰ, ਔਰ ਆਪਾਂ ਫਿਰ ਬਾਈਕ ਲੈ ਕੇ ਆਏ ਸੀ ਉਸ ਭਾਈ ਪੈ, ਲੈ ਕੇ ਬਾਈਕ ਚੱਲ ਪੜੇ ਭਾਈ, ਗਾਡੀ ਅੱਜ ਘਰ ਪਰ ਜ਼ਰੂਰਤ ਸੀ, ਦਾਦੀ ਲੈ ਕੇ ਜਾਣੀ ਸੀ ਭਾਈ ਨੇ, ਤੋ ਬਾਈ ਲੈ ਗਿਆ ਤਾਂ ਦਾਦੀ ਨੇ, ਔਰ ਆਪਾਂ ਚੱਲੇ ਥੇ ਅੱਜ ਬਾਈਕ ਪੈ, ਔਰ ਬਾਈ ਆਪਾਂ ਪਹੁੰਚ ਗਏ ਥੇ ਨਗੂਰਾ, ਨਗੂਰਾ ਆਏ ਪਾਸ ਗਾਵਾਂ ਭਾਈ ਸਰੜਾ, ਉੱਡੇ ਜਾਣਾ ਥਾ ਆਪਾਂ ਨਵਾਤ ਮੈਂ ਬੇਬੇ ਗਏ, ਬਾਈ ਯਾਰ ਗਾਡੀ ਮਜ਼ਾ ਰਹੇ ਥੇ, ਪੈਥਲ ਦਾ ਆਏ ਥੇ ਆਪਾਂ ਬਾਈਕ ਪਰ ਪਹੁੰਚ ਗਏ ਥੇ ਉਹਨਾਂ ਪਾਸ, ਔਰ ਪਹੁੰਚ ਗਏ ਤਾਂ ਬੇਬੇ ਗਈ ਬਾਤੀ ਬੁੱਤੀ ਲੈਣ ਕਾ ਟਾਈਮ ਹੋ ਗਿਆ ਥਾ ਆਪਾਂ ਟੱਡੇ ਪੁਰਾ ਡੱਬ ਚੜਨ ਕਾ, ਔਰ ਬੇਬੇ ਖਾਤਰ ਦੋ ਹਾਂਬੜਾ ਆਪਣੀ ਉਹਨਾਂ ਖਾਤਰ ਲਿਆ ਥਾ ਆਪਾਂ ਸੁੰਦੜੀ ਇੱਕ ਇੱਕ। ਇਹ ਦੇਖ ਲਿਓ ਭਾਈ ਇਸਤਰੀਆ ਕੁਛ ਬਾਤੀ ਲੈ ਜਾ ਕਰ ਆਪਣਾ ਹਰਿਆਣਾ, ਮੈਂ ਦੇਖੇ ਵੀ ਹੋ ਗਏ ਨਹੀਂ ਦੇਖਿਆ ਤੋ ਭਾਈ, ਦੇਖ ਲਿਓ ਸਾਰੇ ਭਾਈ, ਔਰ ਭਾਈ ਦੋ ਬੇਬੇ ਥੇ ਆਪਣੀ ਹੈ, ਤੋ ਇੱਕ ਬੇਬੇ ਨੇ ਮਿਠਾਈ ਖਵਾ ਦਿੱਤੀ, ਇੱਕ ਬਾਤੀ ਲਿਆ ਕਰ ਤੁਸੀਂ ਕਿ ਬਾਹਰ ਥੇ ਹਰੀਆਂ ਥੇ ਬਾਬਾ ਬਾਤੀ ਵਾਲੇ ਲਾਡੂ ਥੇ ਯੂਰੋ ਭਾਈ, ਫਿਰ ਆਵਾ ਨਾ ਨਹਾ ਹੋਵੇ ਥਾ ਜੁਗਰ ਮਾਂ ਮੇਰੇ ਬੈਠਿਆ ਰੋੜਾ ਜਾਂ ਬਣ ਜੀ ਥੀ ਭਾਈ ਆਪਣੀ, ਔਰ ਫਿਰ ਸਾਰਾ ਪ੍ਰੋਗਰਾਮ ਹੋਏ ਪਾਸਾ ਭਾਈ, ਫਿਰ ਆਪਾਂ ਚੱਲ ਪੜੇ ਵਾਪਿਸ ਆਪਣੇ ਘਰ ਕੀ ਤਰਫ, ਔਰ ਭਾਈ ਘਰ ਆ ਜਲਦੀ ਪਹੁੰਚਣਾ ਥਾ ਮਨੇ, ਤੋ ਆਪਾਂ ਰਾਸਤੇ ਮੈਂ ਕੋਈ ਕਲਿਪ ਨਹੀਂ ਬਣਾਈ ਦੀ ਕਿਉਂਕਿ ਭਾਈ ਛੋਟ ਘਣਾ ਥਾ ਆਪਸ ਫਿਰ ਚੱਲ ਪੜੇ ਸੀ, ਦੇਖਣਾ ਚਾਹੁੰਦੇ ਭਾਈ ਨੇ ਲੈ ਗਏ ਨਾ ਬਸ ਸਟੈਂਡ ਦੀ ਤਰਫ ਭਾਈ, ਗਰ ਪਤਮਾ ਬਾਹਰ ਕੇ ਬਾਹਰ ਲਿਆ ਆਇਆ ਥਾ ਭਾਈ ਕਿਉਂਕਿ ਭਾਈ ਉਹ ਤਾਂ ਲੇਟ ਭਾਈ ਨੇ ਜਾਣਾ ਥਾ ਚੰਡੀਗੜ੍ਹ, ਤੋ ਆਪਾਂ ਪਹੁੰਚ ਗਏ ਤਾਂ ਭਾਈ ਸਟੈਂਡ ਪਰ ਉਹ ਭਾਈ ਜਾਣੇ ਲੱਗ ਰਿਹਾ ਥਾ ਗੇਟ ਕੀ ਤਰਫ, ਔਰ ਫਿਰ ਆਪਾਂ ਯਹਾਂ ਤਾਂ ਚੱਲ ਪੜੇ ਵਾਪਿਸ ਆਪਣੇ ਘਰ ਕੀ ਤਰਫ ਭਾਈ, ਪਹੁੰਚ ਗਏ ਤਾਂ ਕੈਥਲ ਰੋਡ ਪਾ, ਕੈਥਲ ਰੋਡ ਪਾ ਤਾਂ ਆਪਾਂ ਚੱਲ ਪੜੇ ਪਟਿਆਲਾ ਚੌਕ ਕੀ ਤਰਫ, ਜੋ ਸਾਈਡ ਕੈਥਲ ਕੀ ਤਰਫ ਗਿਆ ਔਰ ਇਹ ਪਟਿਆਲਾ ਚੌਕ ਕੀ ਤਰਫ ਭਾਈ, ਫਿਰ ਆਪਾਂ ਪਹੁੰਚ ਗਏ ਥੇ ਭਾਈ ਘਰ, ਘਰ ਪਾ ਕੇ ਦੇਖਿਆ ਮੰਮੀ ਆੜੇ ਝਾੜੂ ਲਾਏ ਸੀ ਕੱਢਣ ਗੇਟ ਕਦੋਰੇ ਗੱਡੀ ਵਾਲੀ ਜਗ੍ਹਾ ਪੈ, ਬਸ ਇਹ ਲਿਮਾਂ ਨੇ ਖੋਲ ਦਿਆ ਗੇਟ ਰੱਖ ਦੇ ਗਾਡੀ ਭੀਤਰ, ਫਿਰ ਆਪਾਂ ਉਠਾਈ ਸਕੂਟੀ ਔਰ ਫਿਰ ਆਪਾਂ ਚੱਲ ਪੜੇ ਭਾਈ ਖੇਤ ਕੀ ਤਰਫ ਕਿਉਂਕਿ ਬਰੋਟੇ ਲਿਆਉਣੇ ਬਹੁਤ ਜ਼ਰੂਰੀ ਹੈ ਭਾਈ, ਆਪਾਂ ਨੇ ਆਪਾਂ ਪਹੁੰਚੇ ਖੇਤ ਮੜੀ ਗਿਹਾਂ ਕਾ ਰੰਗ ਦੇਖ ਲਓ ਭਾਈ, ਕਦੇ ਦੋ ਦਿਨ ਮੈਂ ਇਤਨਾ ਗਾਮ ਪੜਿਆ ਗਿਹਾਂ ਕਾ ਰੰਗ ਬਦਲ ਦਿਆ ਜਮਾਂ, ਫਿਰ ਆਪਾਂ ਪਹੁੰਚ ਗਏ ਘਰਾਂ, ਘਰ ਆਉਣ ਕੇ ਬਾਅਦ ਫਿਰ ਦਾਦੀ ਨੂੰ ਲਈ ਸ਼ਹਿਰ ਤੋਂ ਸਮਾਨ ਲਿਆ, ਫਿਰ ਆਪਾਂ ਚੱਲੇ ਭਾਈ ਉਠਾ ਕੇ ਸਕੂਟੀ ਸ਼ਹਿਰ ਕੀ ਤਰਫ, ਆਪਣਾ ਇਹੋ ਨਜ਼ਾਰਾ ਹੈ ਭਾਈ ਫਲਾਈਓਵਰ ਕੀ ਤਰਫ ਕੋ ਜਾਵਾਂ ਆਰਾਮ ਦਾ, ਪਹੁੰਚ ਗਏ ਪਟਿਆਲਾ ਚੌਕ ਪੁੱਤਰ ਲੈ ਕੇ ਸਮਾਨ ਘਰ ਆਏ, ਤੋ ਆਪਾਂ ਲਿਆਏ ਸੀ ਦਾਦੀ ਖਾਤਰ ਪਨੀਰ ਪਪੀਤਾ ਔਰ ਤਰਬੂਜ ਭਾਈ, ਫਿਰ ਆਪਾਂ ਨੇ ਕਰੀ ਰੋਟੀ ਪਾਣੀ ਖਾਣੀ ਪੀਣ ਦੀ ਤਿਆਰੀ, ਰੋਟੀ ਪਾਣੀ ਖਾਇਆ ਪੀ ਗਏ, ਫਿਰ ਆਪਾਂ ਕਰਕੇ ਸੋਣ ਦੀ ਤਿਆਰੀ ਭਾਈ। ਤੋ ਇਹ ਥੇ ਆਪਣੇ ਅੱਜ ਦੀ ਵੀਡੀਓ, ਸਾਰੇ ਭਾਈ ਬਤਾਈਏ ਵੀਡੀਓ ਕੈਸੀ ਲੱਗੀ, ਸਾਰੇ ਭਾਈ ਨਾਲ ਰਾਮ ਰਾਮ, ਸਾਰੇ ਭਾਈ ਕਮੈਂਟ ਜ਼ਰੂਰ ਕਰੀਓ।